ਜੇ ਤੁਸੀਂ ਵੀ IELTS ਵਿੱਚੋਂ 7 ਬੈਂਡ ਚਾਹੁੰਦੇ ਹੋ ਤਾਂ ਕਾਲ ਕਰੋ 70509 70509। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਸਾਰੇ ਵਿਊਅਰਸ ਦਾ ਔਰ RS ਗਲੋਬਲ ਸਕੂਲ ਆਫ ਲੈਂਗੁਏਜਸ ਤੋਂ ਮੈਡਮ ਮਨਦੀਪ ਕੌਰ ਜੀ, ਹੈਡ IELTS ਟ੍ਰੇਨਰ ਸਾਡਾ ਅੱਜ ਹਾਜ਼ਰ ਨੇ। ਅੱਜ ਗੱਲ ਕਰਾਂਗੇ ਕਿ ਕਿਉਂ ਬੱਚਾ IELTS ਕਿਉਂ ਕਰਦਾ ਹੈ, ਅਗਰ RS ਗਲੋਬਲ ਸਕੂਲ ਆਫ ਲੈਂਗੁਏਜਸ ਦੇ ਕੋਲ ਜਾ ਕੇ ਬੱਚਾ ਇਨਰੋਲ ਕਰਦਾ ਤਾਂ ਕਿਉਂ ਜਾਵੇ, ਵੱਖਰਾ ਕੀ ਕਰਵਾ ਰਹੇ ਨੇ, ਕੀ ਆਪਾਂ IELTS ਨੂੰ ਇੱਕ ਬੋਝ ਸਮਝਦੇ ਹਾਂ, ਇੱਕ ਫਾਰਮੈਲਿਟੀ ਸਮਝਦੇ ਹਾਂ, ਜਾਂ ਇੱਕ ਉਹਨੂੰ ਇੰਟਰਸਟ ਦੇ ਨਾਲ ਆਪਾਂ IELTS ਨੂੰ ਕਰੈਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਇਹਨਾਂ ਤਮਾਮ ਸਵਾਲਾਂ 'ਤੇ ਚਰਚਾ ਕਰਾਂਗੇ। ਮੈਡਮ ਬਹੁਤ ਬਹੁਤ ਸਵਾਗਤ ਹੈ ਜੀ। ਔਰ ਅੱਜ ਬੱਚਾ ਵਿਦੇਸ਼ ਜਾਣ ਲਈ ਮੈਨੂੰ IELTS ਕਰਨਾ ਚਾਹੁੰਦਾ, ਪੇਰੈਂਟਸ ਦਾ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਕਿ ਪਲੱਸ ਟੂ ਕੀਤੀ IELTS ਕਰ ਲਾ ਜਾਂ ਪਲੱਸ ਟੂ ਕਰ ਰਿਹਾ ਨਾਲ ਦੀ ਨਾਲ IELTS ਕਰ ਲਾ, ਬੱਚੇ ਨੂੰ ਇੱਕ ਐਗਜ਼ਾਮੀਨੇਸ਼ਨ ਦੀ ਟੈਨਸ਼ਨ, ਇੱਕ ਉੱਤੋਂ IELTS ਦਾ ਬੋਝ ਆਪਾਂ ਜਿਹੜਾ ਉਹ ਸੈਕੰਡਰੀ ਬੋਝ ਪਾ ਦਿੰਦੇ ਹਾਂ। ਕੀ ਵਾਕਈ IELTS ਇੱਕ ਬੋਝ ਹੈ? ਸਰ ਦੇਖੋ, ਜਿੱਦਾਂ ਕਿ ਸਪੈਸ਼ਲੀ ਪੰਜਾਬ ਦੇ ਵਿੱਚ ਮੈਂ ਦੇਖਿਆ ਹੈ ਕਿ IELTS ਹੁਣ ਇੱਕ ਡਿਗਰੀ ਬਣ ਗਈ ਹੈ, ਠੀਕ ਹੈ, ਔਰ IELTS ਲੋਕਾਂ ਲਈ ਬਹੁਤ ਵੱਡਾ ਫੋਬੀਆ ਹੈ। ਪਹਿਲੀ ਗੱਲ, IELTS ਸਿਰਫ ਇੱਕ ਟੈਸਟ ਹੈ, ਇੱਕ ਐਲੀਜੀਬਿਲਟੀ ਟੈਸਟ ਆ, ਬਾਕੀ ਸਾਰੇ ਐਲੀਜੀਬਿਲਟੀ ਟੈਸਟ ਦੀ ਤਰ੍ਹਾਂ ਇਹ ਵੀ ਥੋੜ੍ਹਾ ਜਿਹਾ ਟਫ ਹੁੰਦਾ ਹੈ। ਕਿਸੇ ਵੀ ਐਲੀਜੀਬਿਲਟੀ ਟੈਸਟ ਦੇ ਵਿੱਚ ਆਉਣ ਲਈ ਤੁਹਾਨੂੰ ਆਪਣੀ ਐਲੀਜੀਬਿਲਟੀ ਪ੍ਰੈਜੈਂਟ ਕਰਨੀ ਹੀ ਪੈਂਦੀ ਹੈ। ਸੋ ਵਾਈ IELTS, ਵਾਈ IELTS ਇਨ RS ਗਲੋਬਲ? ਸਰ ਇੱਥੇ ਪਹਿਲੀ ਗੱਲ ਤਾਂ ਸਾਡੇ ਕੋਲ 4 ਕਲਾਸਿਸ ਹੈ, ਓਕੇ। ਅਸੀਂ ਸਟੂਡੈਂਟ ਦੀ ਫਾਊਂਡੇਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਵਰਕ ਕਰਦੇ ਹਾਂ। ਜਦੋਂ ਇੱਕ ਸਟੂਡੈਂਟ ਸਾਡੇ ਕੋਲ ਨਿਊ ਸਟੂਡੈਂਟ ਆਉਂਦਾ, ਜਿਹਨੇ ਪਹਿਲਾਂ IELTS ਨਾ ਕੀਤੀ ਹੋਵੇ, ਅਸੀਂ ਫਾਊਂਡੇਸ਼ਨ 'ਤੇ ਵਰਕ ਕਰਦੇ ਹਾਂ, ਉਹਦੀ ਫਾਊਂਡੇਸ਼ਨ ਨੂੰ ਸਟਰੋਂਗ ਬਣਾਉਂਦੇ ਹਾਂ, ਸਪੈਸ਼ਲੀ ਸੈਂਟੈਂਸ ਫਾਰਮੇਸ਼ਨਸ ਨੂੰ। ਵੀ ਹੈਵ ਟ੍ਰੇਨ ਸਟਾਫ, ਪ੍ਰੋਫੈਸ਼ਨਲ ਸਟਾਫ, ਐਂਡ ਅਸੀਂ ਉਹਨਾਂ ਦੀ ਫਾਊਂਡੇਸ਼ਨ ਲੇ ਕਰਦੇ ਹਾਂ। ਉਸ ਤੋਂ ਬਾਅਦ ਵੀ ਹੈਵ 3 ਡਿਫਰੈਂਟ ਕਲਾਸਿਸ, ਫਸਟ ਇਜ਼ ਬੇਸਿਕਸ, ਇੰਟਰਮੀਡੀਏਟ ਐਂਡ ਅਚੀਵਰਸ। ਸਭ ਤੋਂ ਪਹਿਲਾਂ ਸਟੂਡੈਂਟ ਇੱਕ ਬੇਸਿਕ ਕਲਾਸ ਲਗਾਉਂਦਾ, ਇੱਕ ਗ੍ਰਾਮਰ ਦੀ ਕਲਾਸ ਲਗਾਉਂਦਾ ਜਿਹ 'ਚ ਉਹਦੀ ਫਾਊਂਡੇਸ਼ਨ ਕੀਤੀ ਜਾਂਦੀ, ਸਟਰੋਂਗ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਬਿਗਨਰਸ ਦੇ ਰੈਸਟ ਆਫ ਕਲਾਸਿਸ ਦੇ ਵਿੱਚ ਬੱਚੇ ਨੂੰ ਟ੍ਰਾਂਸਫਰ ਕੀਤਾ ਜਾਂਦਾ। ਇਸ ਤੋਂ ਇਲਾਵਾ ਸਾਡੀ ਜਿਹੜੀ ਫੈਕਲਟੀ ਹੈ ਉਹ ਹਾਈਲੀ ਟ੍ਰੇਨਡ ਹੈ। ਇਹਦੇ ਵਿੱਚ 2 ਤੋਂ 3 ਟ੍ਰੇਨਰ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਆਲਰੇਡੀ 8 ਬੈਂਡਸ ਆ, ਔਰ 2 ਟ੍ਰੇਨਰ ਆ ਜਿਨ੍ਹਾਂ ਦੇ 9-9 ਬੈਂਡਸ ਆ ਰੀਡਿੰਗ ਔਰ ਲਿਸਨਿੰਗ ਦੇ ਵਿੱਚ। ਸੋ ਇੱਕ ਬੰਦਾ ਜਿਹਦੇ ਆਲਰੇਡੀ 9 ਬੈਂਡ ਆ, ਠੀਕ ਹੈ, ਉਹ ਹਮੇਸ਼ਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਬੱਚੇ ਨਾਲ ਕਿ ਹਾਊ ਦੇ ਕੈਨ ਡੂ ਐਕਸਲ। ਪਹਿਲੀ ਗੱਲ, ਬੱਚੇ ਜਿਹੜੇ ਸਾਡੇ ਕੋਲ ਆਉਂਦੇ ਆ, ਮੋਸਟਲੀ ਸਾਡੇ ਕੋਲ ਜਿਹੜੇ ਸਟੂਡੈਂਟਸ ਆਉਂਦੇ ਆ ਉਹ ਪੰਜਾਬ ਬੋਰਡ ਤੋਂ ਆਉਂਦੇ ਆ, ਫਾਊਂਡੇਸ਼ਨ ਹੀ ਨਹੀਂ ਹੁੰਦੀ। ਸੈਂਟੈਂਸ ਤਾਂ ਬਹੁਤ ਦੂਰ ਦੀ ਗੱਲ ਆ, ਬੱਚਿਆਂ ਨੂੰ ਜਨਰਲ ਵੋਕੈਬਲਰੀ ਨਹੀਂ ਪਤਾ ਹੁੰਦੀ। ਸੋ ਇੱਥੇ ਇੰਟਰੈਕਟਿਵ ਸੈਸ਼ਨਸ ਹੁੰਦੇ ਆ, ਬਹੁਤ ਸਾਰੀਆਂ ਵੀਡੀਓ ਏਡ, ਆਡੀਓ ਏਡਸ ਨੂੰ ਵੀ ਅਸੀਂ ਐਡ ਕਰਦੇ ਹਾਂ। ਉਹਨਾਂ ਦੀ ਬੇਸਿਕ ਇੰਗਲਿਸ਼ ਦੇ ਉੱਤੇ ਵਰਕ ਕੀਤਾ ਜਾਂਦਾ। ਬੇਸਿਕ ਇੰਗਲਿਸ਼ ਤੋਂ ਬਾਅਦ IELTS ਦੀਆਂ ਸਟ੍ਰੈਟੇਜੀਜ਼ ਹੁੰਦੀਆਂ, ਜੋ ਵੀ ਟਿਪਸ ਹੁੰਦੀਆਂ ਆ ਉਹਨਾਂ ਨੂੰ ਸ਼ੇਅਰ ਕੀਤਾ ਜਾਂਦਾ, ਅਤੇ ਜਿਹਦੇ ਨਾਲ ਕੀ ਹੁੰਦਾ, ਗ੍ਰੈਜੂਅਲੀ ਸਟੂਡੈਂਟਸ ਦਾ ਲੈਵਲ ਲਿਫਟ ਹੋ ਜਾਂਦਾ। ਅਤੇ ਦੂਸਰੀ ਗੱਲ, ਮਟੀਰੀਅਲ ਦੀ, ਸਾਡੇ ਕੋਲ ਜਿੰਨਾ ਵੀ ਮਟੀਰੀਅਲ ਹੁੰਦਾ ਸਭ ਲੇਟੈਸਟ ਮਟੀਰੀਅਲ ਹੁੰਦਾ ਆ, ਠੀਕ ਹੈ। ਸਾਡੇ ਕੋਲ ਜਿੰਨਾ ਵੀ ਐਗਜ਼ਾਮ ਦਾ ਅਪਡੇਟ ਮਟੀਰੀਅਲ ਹੁੰਦਾ ਆ, ਸਪੈਸ਼ਲੀ ਅਚੀਵਰਸ ਦੀ ਕਲਾਸ ਨੂੰ ਅਸੀਂ ਉਹਨਾਂ ਨੂੰ ਕਰਵਾਉਂਦੇ ਹਾਂ, ਠੀਕ ਹੈ। ਸਾਡੇ ਆਪਣੇ ਕੇਸਿਸ ਹੁੰਦੇ ਆ ਜੋ ਰੀਅਲੀ ਵਰਕ ਕਰਦੇ ਆ, ਐਂਡ ਜਿਹੜੀ ਸਾਡੀ ਰੀਡਿੰਗਸ ਹੁੰਦੀ ਆ, ਇੱਕ ਸਟੂਡੈਂਟ ਮੰਨ ਲਓ 4 ਤੋਂ 5 ਮਹੀਨੇ ਵੀ ਲਗਾਉਂਦਾ, ਸਾਡੀ ਇੱਕ ਵੀ ਰੀਡਿੰਗ ਰਿਪੀਟ ਨਹੀਂ ਹੁੰਦੀ ਜਾਂ ਇੱਕ ਵੀ ਲਿਸਨਿੰਗ ਰਿਪੀਟ ਨਹੀਂ ਹੁੰਦੀ। ਉਸ ਤੋਂ ਬਾਅਦ ਕਸਟਮਾਈਜ਼ ਕਲਾਸਿਸ ਹੁੰਦੀਆਂ, ਈਵਨ ਅਚੀਵਰਸ ਦੇ ਵਿੱਚ ਵੀ, ਜਾਂ ਮੰਨ ਲਓ ਇੰਟਰਮੀਡੀਏਟ ਦੇ ਸਟੂਡੈਂਟ ਦੇ ਵਿੱਚ ਵੀ, ਜਿਹਨਾਂ ਨੂੰ ਜੋ ਪ੍ਰੋਬਲਮਸ ਹੁੰਦੀ ਅਸੀਂ ਕਸਟਮਾਈਜ਼ ਕਲਾਸ ਲੈਂਦੇ ਹਾਂ, ਜਿੱਥੇ ਇੱਕ ਟ੍ਰੇਨਰ 2 ਬੱਚਿਆਂ ਦੀ ਜਾਂ ਇੱਕ ਟ੍ਰੇਨਰ 1 ਬੱਚੇ ਦੀ, ਇੱਕ ਟ੍ਰੇਨਰ 3 ਬੱਚਿਆਂ ਦੀ ਕਲਾਸ ਕਸਟਮਾਈਜ਼ ਕੀਤੀ ਜਾਂਦੀ ਹੈ, ਤਾਂ ਜੋ ਸਟੂਡੈਂਟ ਦੇ ਸੈਟਿਸਫੈਕਟਰੀ ਬੈਂਡ ਸਕੋਰਸ ਆ ਸਕੇ। ਈਵਨ ਸਾਡੇ ਬਹੁਤ ਸਾਰੇ ਸਟੂਡੈਂਟਸ ਆ ਜਿਨ੍ਹਾਂ ਦੇ 8-8 ਬੈਂਡਸ ਹੈਗੇ ਆ, ਈਵਨ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਵੀ ਚੈੱਕ ਕਰ ਸਕਦੇ ਹੋ। ਅਤੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਪਰਸਨਲ ਅਟੈਂਸ਼ਨ ਦਿੱਤੀ ਜਾਂਦੀ ਹੈ, ਪਰਸਨਲ ਅਟੈਂਸ਼ਨ ਦੇ ਕਾਰਨ ਇੰਪਰੂਵਮੈਂਟ ਹੋ ਜਾਂਦੀ ਹੈ ਜੀ। ਔਰ ਸਟੂਡੈਂਟਸ ਜਦੋਂ ਵੀ ਤੁਹਾਡੇ ਕੋਲ ਆਉਂਦੇ ਨੇ, ਇੱਕ ਉਮੀਦ ਦੇ ਨਾਲ ਆਉਂਦੇ ਨੇ ਕਿ ਠੀਕ ਹੈ, RS ਗਲੋਬਲ ਸਕੂਲ ਆਫ ਲੈਂਗੁਏਜਸ ਕੋਲ ਅਸੀਂ ਜਾ ਰਹੇ ਹਾਂ, ਹਾਂਜੀ ਸਰ, 5.5 ਬੈਂਡ ਤੋਂ ਬਾਅਦ ਜਦੋਂ ਬੱਚੇ ਨੇ ਨੈਕਸਟ ਟਾਈਮ ਐਗਜ਼ਾਮ ਦੇਣਾ ਹੁੰਦਾ, ਜਦੋਂ ਕੋਈ ਬੱਚਾ ਅਪੀਅਰ ਕਰਦਾ ਐਗਜ਼ਾਮ ਦੇ ਵਿੱਚ ਪ੍ਰੋਪਰ ਬੈਂਡ ਨਹੀਂ ਆਉਂਦੇ, ਬੱਚਾ ਕੋਚਦਾ ਹੈ ਆਪਣੇ ਜਿਸ ਕੰਪਨੀ ਦਾ ਐਗਜ਼ਾਮ ਦਿੱਤਾ ਹੁੰਦਾ ਨੇ। ਮੈਂ ਗੱਲ ਕਰ ਰਿਹਾ, ਕੁਛ ਇੱਕ ਬੱਚੇ ਕਹਿੰਦੇ IDP ਪੇਪਰ ਬਹੁਤ ਸੌਖਾ ਦਿੰਦਾ, ਕੋਈ ਕਹਿ ਰਿਹਾ ਬ੍ਰਿਟਿਸ਼ ਕੌਂਸਲ ਪੇਪਰ ਬਹੁਤ ਸੌਖਾ ਦਿੰਦਾ। ਸੋ ਕੀ ਫਰਕ ਹੈ ਉਦੋਂ ਬਾਅਦ ਪੇਪਰ ਵਿੱਚ ਬੱਚਾ ਜਦੋਂ ਫਾਈਲ ਫਿਲ ਕਰਦਾ ਪੇਪਰ, ਜਾਂ ਬੋਥ ਆਰ ਦਾ ਸੇਮ ਥਿੰਗ? ਸਰ ਦੇਖੋ, ਇੱਕ ਨਾ ਮਿਥ ਹੈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ। ਮੰਨ ਲਓ ਇੱਕ ਸਟੂਡੈਂਟ ਦੇ IDP 'ਚ ਬੈਂਡ ਅੱਛੇ ਆ ਗਏ, ਉਹ IDP ਨੂੰ ਪ੍ਰੈਫਰ ਕਰੂਗਾ, ਜਿਹਦੇ ਬ੍ਰਿਟਿਸ਼ 'ਚ ਆ ਗਏ ਉਹ ਬ੍ਰਿਟਿਸ਼ ਨੂੰ ਕਰੂਗਾ। ਇਹ ਸਿੰਪਲ ਇੱਕ ਬੋਡੀ ਹੈ, ਕੈਂਬਰਿਜ ਇੱਕ ਬੋਡੀ ਹੈ, ਅਤੇ ਜੋ ਕਿ IDP ਔਰ ਬ੍ਰਿਟਿਸ਼ ਕੌਂਸਲ ਦੇ ਥਰੂ ਐਗਜ਼ਾਮ ਨੂੰ ਆਰਗਨਾਈਜ਼ ਕਰਵਾਉਂਦੀ ਹੈ। ਬੋਥ ਬੋਡੀਜ਼ ਆਰ ਸੇਮ, ਓਕੇ, ਅਤੇ ਇਹਨਾਂ ਵਿੱਚ ਕੋਈ ਡਿਫਰੈਂਸਿਸ ਨਹੀਂ ਹੈਗਾ। ਸਿਰਫ ਇਹ ਸਟੂਡੈਂਟ ਦੀ ਇੱਕ ਬਣਾਈਆਂ ਹੋਈਆਂ, ਯੂ ਨੋ, ਮਨ ਘੜਤ ਗੱਲਾਂ ਆ ਕਿ IDP 'ਚ ਜ਼ਿਆਦਾ ਬੈਂਡ ਆਉਂਦੇ ਜਾਂ ਬ੍ਰਿਟਿਸ਼ ਕੌਂਸਲ 'ਚ ਜ਼ਿਆਦਾ ਬੈਂਡ ਆਉਂਦੇ ਆ। ਐਕਚੁਅਲੀ ਜਿਹੜਾ ਐਗਜ਼ਾਮ ਕੰਡਕਟ ਹੁੰਦਾ ਦੋਨਾਂ ਵਿੱਚ ਸੇਮ ਹੁੰਦਾ ਜੀ। ਸੋ IDP ਜਾਂ ਬ੍ਰਿਟਿਸ਼ ਕੌਂਸਲ ਕੋਈ ਵੀ ਐਗਜ਼ਾਮ ਤੁਸੀਂ ਜਿਹੜਾ ਉਹ ਫੇਲ ਕਰ ਸਕਦੇ ਹੋ, ਔਰ RS ਗਲੋਬਲ ਸਕੂਲ ਆਫ ਲੈਂਗੁਏਜ ਤੁਹਾਡੀ ਹੈਲਪ ਕਰੇਗਾ। ਕਿਸੇ ਵੀ ਤਰ੍ਹਾਂ ਦੇ ਕੋਈ ਟਿਪਸ ਟ੍ਰਿਕਸ ਚਾਹੁੰਦੇ ਹੋ ਆਪਣੇ 4 ਮਾਡਿਊਲਸ ਦੇ ਵਿੱਚੋਂ, ਤਾਂ ਤੁਸੀਂ RS ਗਲੋਬਲ ਸਕੂਲ ਆਫ ਲੈਂਗੁਏਜ ਨੂੰ ਜੁਆਇਨ ਕਰ ਸਕਦੇ ਹੋ। ਮੈਡਮ ਮਨਦੀਪ ਕੌਰ ਜੀ ਗੱਲਬਾਤ ਕਰ ਰਹੇ ਸੀ, ਜੋ ਕਿ ਹੈਡ IELTS ਟ੍ਰੇਨਰ ਨੇ। ਵਧੇਰੇ ਜਾਣਕਾਰੀ ਲਈ ਤੁਸੀਂ ਜਿਹੜਾ TV ਸਕਰੀਨ ਦਾ ਨੰਬਰ